ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ ਪੰਜਾਬ ਵੈਦਰ ਤੇ ਸਵਾਗਤ ਹੈ ਤੁਹਾਡਾ ਸਭ ਦਾ ਸੋ ਅੱਜ 24 ਜੁਲਾਈ ਦਾ ਮੌਸਮ ਦੇ ਅਪਡੇਟ ਸਵੇਰ ਤੋਂ ਲੈ ਕੇ ਅੱਜ ਕੀ ਮੌਸਮੀ ਗਤੀਵਿਧੀਆਂ ਪੰਜਾਬ ਵਿੱਚ ਰਹਿਣਗੀਆਂ ਕਿਹੜੇ ਹਿੱਸਿਆਂ ਵਿੱਚ ਮੀਂਹ ਦੇ ਹਾਲਾਤ ਨੇ ਸੋ ਜਿਵੇਂ ਕਿ ਪਹਿਲਾਂ ਤੋਂ ਦੱਸਦੇ ਆ ਰਹੇ ਹਾਂ ਕਿ 23 ਤੋਂ ਲੈ ਕੇ 25 ਜੁਲਾਈ ਦਰਮਿਆਨ ਪੰਜਾਬ ਦੇ ਵਿੱਚ ਆਪਾਂ ਨੂੰ ਵੱਖ-ਵੱਖ ਸਮੇਂ ਦੌਰਾਨ ਵੱਖ-ਵੱਖ ਇਲਾਕਿਆਂ ਦੇ ਵਿੱਚ ਮੀਂਹ ਦੀਆਂ ਗਤੀਵਿਧੀਆਂ ਦੇਖਣ ਨੂੰ ਮਿਲਣਗੀਆਂ ਸੰਭਾਵਨਾ ਇਹ ਬਣੀ ਹੋਈ ਹੈ ਕਿ ਇਹਨਾਂ 3-3 ਦਿਨਾਂ ਤੋਂ 3 ਦਿਨਾਂ ਜਾਨਕਿ 25 ਜੁਲਾਈ ਤੱਕ ਪੰਜਾਬ ਦੇ ਜ਼ਿਆਦਾਤਰ ਹਿੱਸਿਆਂ ਦੇ ਵਿੱਚ 90-95% ਇਲਾਕਿਆਂ ਵਿੱਚ ਮੀਂਹ ਦੀਆਂ ਗਤੀਵਿਧੀਆਂ ਦੇਖਣ ਨੂੰ ਮਿਲਣਗੀਆਂ ਕੁਝ ਇਲਾਕਿਆਂ ਵਿੱਚ 23 ਨੂੰ ਕੁਝ ਵਿੱਚ 24 ਨੂੰ ਕੁਝ ਵਿੱਚ 25 ਨੂੰ ਤੇ ਅੱਜ ਦੀ ਗੱਲ ਕਰੀਏ ਤਾਂ ਅੱਜ 24 ਜੁਲਾਈ ਤੋਂ ਪੱਛਮੀ ਵੱਸੋਂ ਇੱਕ ਤਖੜਾ ਬੱਦਲੀ ਸਿਸਟਮ ਹੈ ਜਿਹੜਾ ਪੰਜਾਬ ਨੂੰ ਪ੍ਰਭਾਵਿਤ ਕਰ ਰਿਹਾ ਹੈ ਹਾਲਾਂਕਿ ਬਹੁਤ ਜ਼ਿਆਦਾ ਤਗੜਾ ਭਾਰੀ ਨਹੀਂ ਆ ਪਰ ਫਿਰ ਵੀ ਇਹਨੂੰ ਚੰਗੇ ਪੱਧਰ ਦਾ ਇੱਕ ਬਦਲੀ ਸਿਸਟਮ ਕਹਿ ਸਕਦੇ ਆ ਜਿਹੜਾ ਕਿ ਪੰਜਾਬ ਦਾ ਪੱਛਮੀ ਜਿਹੜਾ ਪੂਰਾ ਹੀ ਖੇਤਰਾ ਨੂੰ ਬਦਲਾਏਗਾ ਉਹਦੇ ਵਿੱਚ ਮੌਸਮ 'ਚ ਬਦਲਾਅ ਲਿਆ ਹੋਵੇਗਾ ਜਿਵੇਂ ਦੱਖਣ ਪੱਛਮ ਤੋਂ ਲੈ ਕੇ ਫਾਜ਼ਿਲਕਾ ਫਰੀਦਕੋਟ ਮਾਨਸੇ ਆਪਣੇ ਕੁਝ ਭਾਗ ਬਠਿੰਡੇ ਦੇ ਹੋਗੇ ਥੋੜੇ ਬਹੁਤ ਮਾਨਸੇ ਦੇ ਇਲਾਕੇ ਹੋਗੇ ਤੇ ਫਰੋਜ਼ਪੁਰ ਹੋ ਗਿਆ ਫਰੀਦਕੋਟ ਮੋਗੇ ਜ਼ਿਲ੍ਹੇ ਦੇ ਹੋਗੇ ਇਲਾਕੇ ਇਹ ਸਾਰਾ ਹੀ ਦੱਖਣ ਪੱਛਮੀ ਮਾਲਵੇ ਦਾ ਖੇਤਰ ਜਿਹੜਾ ਅਕਸਰ ਸੋਕੇ ਦੇ ਵਿੱਚ ਜਾਦਾ ਰਹਿੰਦਾ ਇਸ ਭਾਗਾਂ ਦੇ ਵਿੱਚ ਸੰਘਣੀ ਬੱਦਲਵਾਈ ਦੇਖਣ ਨੂੰ ਮਿਲ ਸਕਦੀ ਹੈ ਤੇ ਮੀਂਹ ਦੇ ਹਾਲਾਤ ਹੋਣਗੇ ਮੀਂਹ ਦੇ ਹਾਲਾਤ ਟੁੱਟਵੇਂ ਰੂਪ ਵਿੱਚ ਰਹਿ ਸਕਦੇ ਨੇ ਕੁਝ ਵਿੱਚ ਦਰਮਿਆਨਾ ਮੀਂਹ ਕੁਝ ਵਿੱਚ ਹਲਕਾ ਇੱਕ ਦੋ ਹਿੱਸਿਆਂ ਵਿੱਚ ਤੇਜ਼ ਮੀਂਹ ਦੇ ਸ਼ਰਾਟੇ ਵੀ ਪੈਣ ਦੀ ਸੰਭਾਵਨਾ ਹੈ ਤੇ ਕੁਝ 10-20% ਇਲਾਕੇ ਖੁਸ਼ਕ ਮੀਂਹ ਤੋਂ ਬਾਝੇ ਵੀ ਰਹਿ ਸਕਦੇ ਨੇ ਕੇਵਲ ਬੱਦਲਵਾਈ ਹਵਾਵਾਂ ਨਾਲ ਠੰਡਾ ਜਿਹਾ ਇਲਾਕਾ ਹੋਊਗਾ ਉਸ ਤੋਂ ਬਾਅਦ ਅੱਗੇ ਨਿਕਲ ਜਾਵੇਗਾ ਸਿਸਟਮ ਤੇ ਉਥੇ ਹੀ ਮਾਝੇ ਦਾ ਖੇਤਰ ਤਰਨਤਾਰਨ ਸਾਹਿਬ ਤੋਂ ਲੈ ਕੇ ਅਮਰਸਰ ਗੁਰਦਾਸਪੁਰ ਪਠਾਨਕੋਟ ਨਾਲ ਲੱਗਦੇ ਦੁਆਬੇ ਦੇ ਜਲੰਧਰ ਕਪੂਰਥਲਾ ਹਲਾਕੇ ਹੋਗੇ ਹੁਸ਼ਿਆਰਪੁਰ ਦੇ ਹੋਗੇ ਇਹ ਸਾਰੇ ਇਲਾਕੇ ਵੀ ਇਸ ਬੱਦਲੀ ਬਾਈ ਦੇ ਹੇਠ ਕਵਰ ਹੋਣਗੇ ਤੇ ਇਨ੍ਹਾਂ ਲੱਖਾਂ ਵਿੱਚ ਵੀ ਹਲਕੇ ਤੋਂ ਲੈ ਕੇ ਦਰਮਿਆਨੇ ਪੱਧਰ ਦੇ ਮੀਂਹ ਦੇ ਛਰਾਟੇ ਟਟਮੇ ਰੂਪ ਵਿੱਚ ਵੱਖ-ਵੱਖ ਹਿੱਸਿਆਂ ਵਿੱਚ ਦੇਖਣ ਨੂੰ ਮਿਲ ਸਕਦੇ ਨੇ ਕੁਝ ਇਲਾਕਿਆਂ ਵਿੱਚ ਵੀ ਹਲਕਾ ਦਰਮਿਆਨਾ ਕੁਝ ਇਲਾਕੇ ਕਿਣਮਣ ਨਾਲ ਵੀ ਰਹਿ ਸਕਦੇ ਨੇ ਤੇ ਉਥੇ ਹੀ ਗੱਲ ਕਰੀਏ ਬਾਕੀ ਲੁਧਿਆਣਾ ਜ਼ਿਲ੍ਹਾ ਹੋ ਗਿਆ ਨਾਲ ਲੱਗਦੇ ਮੁਗੇ ਦੇ ਇਲਾਕੇ ਹੋਗੇ ਤੇ ਉਸ ਤੋਂ ਬਾਅਦ ਨਵਾਂ ਸ਼ਹਿਰ ਦੇ ਇਲਾਕੇ ਇਹ ਭਾਗ ਵੀ ਇਸ ਬਦਲਬਾਈ ਅੰਡਰ ਕਵਰ ਹੋਣਗੇ ਤੇ ਨਾਲ ਹੀ ਲੁਧਿਆਣੇ ਦੇ ਨੇੜੇ ਆਪਣੇ ਇਲਾਕੇ ਬਰਨਾਲੇ ਦੇ ਇਲਾਕੇ ਹੋਗੇ ਮਲੇਰ ਕੋਟਲਾ ਹੋ ਗਿਆ ਤੇ ਉਸ ਤੋਂ ਬਾਅਦ ਮਾਨਸਾ ਇਹ ਮਾਨਸੇ ਤੋਂ ਬਾਅਦ ਸੰਗਰੂਰ ਦੇ ਇਲਾਕੇ ਅਗਲੇ ਘੰਟਿਆਂ ਵਿੱਚ ਇਸ ਬੱਦਲਵਾਈ ਨਾਲ ਪ੍ਰਭਾਵਿਤ ਹੋਣਗੇ ਪਰ ਮੇਨ ਤੌਰ ਤੇ ਪੱਛਮੀ ਜਿਹੜੇ ਖੇਤਰ ਨੇ ਦੱਖਣ ਪੱਛਮੀ ਮਾਲਵੇ ਦਾ ਇਲਾਕਾ ਹੋ ਗਿਆ ਮਾਝੇ ਦੇ ਖੇਤਰ ਹੋਗੇ ਕੁਝ ਭਾਗ ਦੁਆਬੇ ਦੇ ਹੋਗੇ ਇਹ ਇਲਾਕੇ ਇਸ ਸਿਸਟਮ ਨਾਲ ਜ਼ਿਆਦਾ ਪ੍ਰਭਾਵਿਤ ਹੋਣਗੇ ਤੇ ਇਹਨਾਂ ਇਲਾਕਿਆਂ ਵਿੱਚ ਮੀਂਹ ਦੀ ਸੰਭਾਵਨਾ 30% ਤੋਂ ਲੈ ਕੇ 60% ਤੱਕ ਬਣੀ ਹੋਈ ਹੈ ਕਿ 60% ਤੱਕ ਅਸਾਰ ਨੇ ਕਿ ਇਹਨਾਂ ਇਲਾਕਿਆਂ ਵਿੱਚ ਮੀਂਹ ਦੀਆਂ ਗਤੀਵਿਧੀਆਂ ਦੇ ਹਲਕੀਆਂ ਦਰਮਿਆਨੀਆਂ ਦੇਖਣ ਨੂੰ ਮਿਲਣਗੀਆਂ ਤੇ ਉੱਥੇ ਹੀ ਗੱਲ ਕਰੀਏ ਪੂਰਬੀ ਹਿੱਸਿਆਂ ਦੀ ਤਾਂ ਪੂਰਬੀ ਹਿੱਸਿਆਂ ਦੇ ਵਿੱਚ ਵੀ ਪਟਿਆਲਾ ਤੇ ਚੰਡੀਗੜ੍ਹ ਸਾਈਡ ਦੇ ਜੋ ਇਲਾਕੇ ਹੋਣਗੇ ਉਹਨਾਂ ਇਲਾਕਿਆਂ ਦੇ ਵਿੱਚ ਛੋਟੇ-ਮੋਟੀਆਂ ਕਾਰਵਾਈਆਂ ਸਵੇਰ ਦੇ ਪਹਿਲੇ ਘੰਟਿਆਂ ਵਿੱਚ 7-8 ਵਜੇ ਦੇ ਆਸ-ਪਾਸ ਦੇਖਣ ਨੂੰ ਮਿਲ ਸਕਦੀਆਂ ਨੇ ਕਿਉਂਕਿ ਪੂਰਬੀ ਪਾਸੇ ਵੀ ਛੋਟੇ-ਮੋਟੇ ਬੱਦਲ ਐਂਟਰ ਹੋ ਰਹੇ ਨੇ ਜਿਹੜੇ ਕਿ ਖਾਸ ਪੂਰਬੀ ਹਿੱਸਿਆਂ ਨੂੰ ਵੀ ਪ੍ਰਭਾਵਿਤ ਕਰਨਗੇ ਜਿਹੜੇ ਇਲਾਕੇ ਹਰਿਆਣਾ ਦੇ ਖਾਸ ਨੇੜਲੇ ਹਿੱਸੇ ਨੇ ਬਾਕੀ ਜ਼ਿਆਦਾ ਕੋਈ ਇਹਦਾ ਸਿਸਟਮ ਦਾ ਪ੍ਰਭਾਵ ਨਹੀਂ ਹੈ ਕਿਉਂਕਿ ਪੰਜਾਬ ਉੱਪਰ ਇਸ ਪੂਰਬੀ ਪਾਸੇ ਬੱਦਲੀ ਸਿਸਟਮ ਦਾ ਪ੍ਰਭਾਵ ਘੱਟ ਹੀ ਦੇਖਣ ਨੂੰ ਤੇ ਜਿਹੜਾ ਪੱਛਮੀ ਪਾਸੇ ਸਿਸਟਮ ਆ ਰਿਹਾ ਇਹ ਆਉਂਦੇ ਦਿਨਾਂ ਦੇ ਵਿੱਚ ਪੂਰਬ ਵੱਲ ਨੂੰ ਅੱਗੇ ਨੂੰ ਗਤੀ ਕਰੇਗਾ ਕਿਉਂਕਿ ਇਹ ਜਿਹੜੀ ਦਿਸ਼ਾ ਹੈ ਪੂਰਬ ਉੱਤਰ ਤੋਂ ਲੈ ਕੇ ਪੂਰਬੀ ਪੱਛਮ ਉੱਤਰ ਤੋਂ ਲੈ ਕੇ ਦੱਖਣ ਪੱਛਮ ਸਾਈਡ ਨੂੰ ਹੈ ਸੋ ਜਿਹਦੇ ਚੱਲਦੇ ਜਿਹੜੇ ਮੱਧ ਪੰਜਾਬ ਤੇ ਪੂਰਬੀ ਹਿੱਸੇ ਨੇ ਉਹਨਾਂ ਭਾਗਾਂ ਵਿੱਚ ਵੀ ਆਪਾਂ ਨੂੰ ਅਗਲੇ 3-4 ਘੰਟਿਆਂ ਵਿੱਚ ਬੱਦਲਵਾਈ ਦੇਖਣ ਨੂੰ ਮਿਲੂਗੀ ਹਾਲਾਂਕਿ ਇੱਥੇ ਤੱਕ ਆਉਂਦੇ ਹੋਏ ਮੀਂਹ ਦੇ ਹਾਲਾਤ ਥੋੜੇ ਜਿਹਾ ਘਟ ਜਾਣਗੇ ਕਿਉਂਕਿ ਇਹ ਸਿਸਟਮ ਦਾ ਜਿਹੜਾ ਪ੍ਰਭਾਵ ਆ ਇੱਥੇ ਤੋਂ ਪੂਰਬੀ ਹਿੱਸਿਆਂ ਤੱਕ ਆਉਂਦੇ ਆਉਂਦੇ ਕਾਫੀ ਜ਼ਿਆਦਾ ਘਟ ਜਾਵੇਗਾ ਪਰ ਪੱਛਮੀ ਖੇਤਰਾਂ ਵਿੱਚ ਚੰਗੀ ਬਰਸਾਤ ਦੇਖਣ ਨੂੰ ਮਿਲ ਸਕਦੀ ਹੈ ਕਈ ਹਿੱਸਿਆਂ ਵਿੱਚ ਤੇ ਮੱਧ ਪੰਜਾਬ ਦੇ ਹਿੱਸਿਆਂ ਵਿੱਚ ਵੀ ਆਪਾਂ ਨੂੰ ਕੁਝ 2-4 ਹਿੱਸਿਆਂ ਵਿੱਚ ਚੰਗੇ ਮੀਂਹ ਦੇ ਸ਼ਰਾਟੇ ਦੇਖਣ ਨੂੰ ਮਿਲ ਸਕਦੇ ਨੇ ਸੂਏ ਸ ਬਦਲ ਬਾਈਏ ਤੇ ਮੀਂਹ ਦੇ ਨਾਲ ਕੁਝ ਰਾਹਤ ਮਿਲੇਗੀ ਗਰਮੀ ਤੋਂ ਮਨੁੱਖਾਂ ਨੂੰ ਪਸ਼ੂ ਪਾਂਸ਼ੀਆਂ ਨੂੰ ਤੇ ਉਸ ਤੋਂ ਨਾਲ ਹੀ ਫਸਲਾਂ ਨੂੰ ਵੀ ਥੋੜਾ ਬਹੁਤ ਰਾਹਤ ਆ ਜਿਹੜੀ ਇਹਦੇ ਨਾਲ ਮਿਲੇਗੀ ਬਾਕੀ ਅਗਲੇ ਵੀ 1-2 ਦਿਨ ਹਲੇ ਹੋਰ ਜਿਹੇ ਨੇ ਜਿਨ੍ਹਾਂ ਦੇ ਵਿੱਚ ਮੌਸਮੀ ਸਪੈਲ ਲੱਗਣ ਦੇ ਅਸਾਰ ਬਣੇ ਹੋਏ ਨੇ ਬਾਕੀ ਜਿਹੜੇ ਇਲਾਕੇ ਖੁਸ਼ਕ ਰਹਣਗੇ ਉਹਨਾਂ ਨੂੰ ਇੰਤਜ਼ਾਰ ਕਰਨ ਦੀ ਲੋੜ ਹੈ ਅਗਲੇ 1-2 ਦਿਨਾਂ ਦੀ ਹੋਰ ਕਿ ਆਉਂਦੇ ਦਿਨਾਂ ਵਿੱਚ ਹੋਰ 1-2 ਚੰਗੇ ਮੀਂਹ ਦੇ ਸਪੈਲ ਲੱਗਣਗੇ ਜਿਦੇ ਨਾਲ ਬਸ ਖੁਸ਼ਕ ਰਹਿੰਦੇ ਇਲਾਕੇ ਵੀ ਉਮੀਦ ਹੈ ਕਿ ਮੀਂਹ ਦੇ ਅੰਡਰ ਕਵਰ ਹੋ ਜਾਣਗੇ ਬਾਕੀ ਅਗਲੀ ਅਪਡੇਟ ਦੁਪਹਿਰ ਸ਼ਾਮ ਦੀ ਅਗਲੇ ਘੰਟਿਆਂ ਵਿੱਚ ਲੈ ਕੇ ਹਾਜ਼ਰ ਹੋਵਾਂਗੇ ਜੇਕਰ ਕੋਈ ਵੱਡੀ ਅਪਡੇਟ ਆਉਂਦੀ ਹੈ ਸੋ ਚੈਨਲ ਪੰਜਾਬ ਵੈਦਰ ਨਾਲ ਬਨੇ ਰਹੋ